ਬਾਪੂ ਨਾਲ ਪੈਲੀ ਹੈ ਨਾ? ਹਾਂ ਨਾ, ਤੁਹਾਡਾ ਕੀ ਨਾਮ? ਬਲਜਿੰਦਰ ਸਿੰਘ। ਅੱਛਾ, ਕਿਹਦੇ ਨਾਲ ਪੈਲੀ ਹੈ? ਪ੍ਰਗਟ ਸਿੰਘ ਜੀ। ਅੱਛਾ, ਤੁਸੀਂ ਬਾਹਰ ਹੈ ਜੀ? ਹਾਂਜੀ। ਕਿੰਨੇ ਚਿਰ ਤੋਂ? ਅਸੀਂ 83 ਤੋਂ ਜੀ। ਅੱਛਾ ਜੀ। ਕਿੰਨੇ ਏਕੜ ਆ? 12 ਏਕੜ ਜੀ। ਅੱਜ ਕੀ ਕਹਿਣਾ ਚਾਹੁੰਦੇ ਜੀ? ਜੈ ਸਾਹਿਬ ਤੱਕ ਤੇ ਸਰਪੰਚ ਸਾਹਿਬ ਕਿੱਥੇ? ਹਾਂਜੀ ਹਾਂਜੀ, ਦੱਸੋ ਦੱਸੋ। ਅਸੀਂ ਸਰ ਪਰਚੀ ਕਟਾ ਕੇ ਫਿਰ ਠੇਕੇ ਤੇ ਲਓਗੇ? ਹਾਂਜੀ। ਪਹਿਲਾਂ ਨਹੀਂ ਠੇਕਾ ਦਿੱਤਾ? ਨਹੀਂ, ਪਹਿਲਾਂ ਸਾਰਾ ਮੁੱਲ ਹੀ ਪੈਲੀ ਆਪਣੇ ਕਰਤਾਰ ਵਿਸਰਾ ਦੋ। ਕਿੰਨੇ ਦੀ? ਉਦੋਂ ਹੀ 10,000 ਨੂੰ ਲਿਆ ਕਿੱਲਾ। ਪਰਚੀ ਦੇ ਕਹਿੰਦੇ ਆਪਣੇ ਵੀਰ ਕਹਿੰਦੇ ਪਰਚੀ ਕਟਾ ਲਓ, ਪਰਚੀ ਕਟਾ ਫਿਰ। ਅੱਛਾ ਜੀ, ਸਰਕਾਰ ਨਾਲ ਸਹਿਮਤ ਜੀ ਹੋਣਾ? ਹਾਂਜੀ, ਸਰਕਾਰ ਨਾਲ ਸਹਿਮਤ। ਅਸੀਂ ਸਰ ਸਾਰਿਆਂ ਨਾਲ ਸਹਿਮਤ ਆ। ਮੇਰਾ ਸਤੀਸ਼ ਕੁਮਾਰ। ਸਰ ਅੱਜ ਜੀ ਤੁਸੀਂ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਆਇਓ, ਤੇ ਕਿੰਨੀ ਪੰਚਾਇਤੀ ਪੈਲੀ ਛੁਡਾਈ ਜਾ ਰਹੀ ਤੇ ਕਿੰਨੇ ਚਿਰ ਤੋਂ ਵਾਹੀ ਜਾ ਰਹੀ ਸੀ? ਕਾਫੀ ਲੰਮੇ ਸਮੇਂ ਤੋਂ ਵਾਹੀ ਜਾ ਰਹੀ ਸੀ। ਇਹਦਾ ਤੇ ਜਿਹੜਾ 99 ਕਿੱਲੇ ਹੈਗੀ ਹੈ, 99 ਕਿੱਲੇ, 4 ਕਨਾਲ ਤੇ 2 ਮਸਲੇ ਜਗ੍ਹਾ ਹੈਗੀ ਹੈ ਟੋਟਲ ਜਿਹੜੀ ਪੰਚਾਇਤ ਦੀ। ਤੇ ਇਹਦਾ ਜਿਹੜਾ 2018 ਦੇ ਵਿੱਚ ਕਲੈਕਟਰ ਦੀ ਅਦਾਲਤ ਦੇ ਵਿੱਚੋਂ ਫੈਸਲਾ ਹੋ ਚੁੱਕਾ ਪੰਚਾਇਤ ਦੇ ਹੱਕ ਦੇ ਵਿੱਚ। ਉਸ ਤੋਂ ਬਾਅਦ ਕਾਫੀ ਕਾਰਨਾਂ ਕਰਕੇ ਜਿਹੜੀ ਇਹ ਛੁਡਾਈ ਨਹੀਂ ਜਾ ਸਕੀ ਹੁਣ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਅਤੇ ਸਾਡੇ ਮਾਨਯੋਗ ਪੰਚਾਇਤ ਮੰਤਰੀ ਉਹਨਾਂ ਨੇ ਇਹ ਆਪਣਾ ਇੱਕ ਮੁੱਖ ਏਮ ਹੈਗਾ ਕਿ ਜਿਹੜੀਆਂ ਵੀ ਕੋਈ ਨਜਾਇਜ਼ ਕਬਜ਼ੇ ਥੱਲੇ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਉਹ ਅਸੀਂ ਛੁਡਾ ਕੇ ਪੰਚਾਇਤ ਨੂੰ ਦੇਣੀਆਂ, ਤਾਂ ਕਿ ਪੰਚਾਇਤ ਦੀ ਆਮਦਨ ਵਧੇ ਅਤੇ ਜਿਹੜੇ ਸਾਡੇ ਪਿੰਡ ਆ ਉਹ ਜ਼ਿਆਦਾ ਤੋਂ ਜ਼ਿਆਦਾ ਖੁਸ਼ਹਾਲ। ਸਰ, ਜਿਹਨਾਂ ਲੋਕਾਂ ਕੋਲ ਪਹਿਲੋਂ ਕਬਜ਼ਾ ਸੀ, ਜੇਕਰ ਉਹ ਦੁਬਾਰਾ ਕਾਨੂੰਨ ਲੈਣਾ ਚਾਹੁੰਦੇ, ਉਹਨਾਂ ਨੂੰ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਰਾਇਤ ਦਿੱਤੀ ਗਈ? ਨਹੀਂ ਜੀ, ਇਹੋ ਜਿਹੀ ਕੋਈ ਰਾਇਤ ਨਹੀਂ ਹੈ। ਜਿਹੜੇ ਨਜਾਇਜ਼ ਕਬਜ਼ ਤਾਂ ਨਜਾਇਜ਼ ਕਬਜ਼ ਹੈ ਜੀ, ਉਹ ਇੰਨੇ ਸਾਲਾਂ ਤੋਂ ਬਿਨਾਂ ਕਿਸੇ ਕੁਝ ਦਿੱਤੇ ਹੋਏ ਸਰਕਾਰ ਨੂੰ ਇੰਨਾ ਇੰਨਾ ਵੱਡਾ, ਤੁਸੀਂ 90 ਕਿੱਲੇ ਲਗਭਗ ਉਹਦੀ ਆਮਦਨ ਲੈ ਰਹੇ ਸੀ, ਅਤੇ ਉਹਨਾਂ ਦੀ ਤਾਂ ਵੈਸੇ ਤੋਂ ਨਜਾਇਜ਼ ਕਬਜ਼ ਆ ਸਾਡੇ ਲਈ, ਤਾਂ ਉਹਨਾਂ ਦਾ ਅਸੀਂ ਉਹਨਾਂ ਕੋਲ ਛੱਡਾਂਗੇ। ਉਸ ਤੋਂ ਬਾਅਦ ਇਹਦੀ ਜਿਹੜਾ ਪ੍ਰੋਸੈਸ ਹੈਗਾ ਓਪਨ ਅਸੀਂ ਆਪਸ਼ਨ ਕਰਾਂਗੇ, ਉਹਦੇ ਵਿੱਚ ਉਹ ਲੈ ਲੈਣ ਆਪਣਾ ਠੇਕਾ ਦੇ ਕੇ। ਸਾਲ ਦਾ ਅਸੀਂ ਆਪਸ਼ਨ ਕਰਨੀ ਹੈ, ਅਸੀਂ ਸੋਮਵਾਰ ਦੀ ਪਲਾਨ ਕਰ ਰਹੇ ਹਾਂ, ਪੂਰੀ ਅਨਾਊਂਸਮੈਂਟ ਕਰਾਂਗੇ ਪੂਰੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ। ਅੱਜ ਕੱਲ੍ਹ ਜਿਹੜੇ ਵੀ ਚਾਹਵਾਨ ਹੋਣਗੇ ਉਹ ਆ ਕੇ। ਕੋਈ ਵਿਰੋਧ ਪ੍ਰਦਰਸ਼ਨ ਤਾਂ ਨਹੀਂ ਕੀਤਾ ਗਿਆ ਜੀ? ਅੱਜ ਤੱਕ ਕਿਸੇ ਦਾ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੈ, ਨਾ ਹੀ ਕਿਸੇ ਨੂੰ ਤੁਹਾਡੇ ਸਾਹਮਣੇ ਹੈ ਕੋਈ ਵਿਰੋਧ ਪ੍ਰਦਰਸ਼ਨ ਨਹੀਂ। ਆਪਣੇ ਕੰਦੇਸ਼ ਤਾਂ ਜਿਹੜੀ ਪੰਜਾਬ ਸਰਕਾਰ ਪੈ ਰਹੀ ਹੈ ਉਹ ਛੜਾਈ ਜਾਊਗੀ, ਕਬਜ਼ਾ ਕੀਤਾ ਹੈ, ਤੁਹਾਡਾ ਕੀ ਕਹਿਣਾ? ਬਿਲਕੁਲ, ਅੱਜ ਕਸਬਾ ਹਰੀਕੇ ਦੇ ਵਿੱਚ 100 ਏਕੜ ਦੇ ਲਗਭਗ ਜਿਹੜੀ ਪੰਚਾਇਤੀ ਜ਼ਮੀਨ ਸੀ ਜਿਸ 'ਤੇ ਨਜਾਇਜ਼ ਕਬਜ਼ੇ ਸਨ, ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ 'ਤੇ ਇਸ ਜ਼ਮੀਨ ਦਾ ਦਖਲ ਲਿਆ ਗਿਆ। ਸਾਡੇ ਮਾਨਯੋਗ ADC ਸਾਹਿਬ, DSP ਪੱਟੀ, ਤਹਿਸੀਲਦਾਰ ਹਰੀਕੇ, ਹੋਰ ਵੀ ਜਿੰਨੇ ਵੀ ਸਾਡੇ ਦਰਜਾ ਬਦਰਜਾ ਅਧਿਕਾਰੀ ਨੇ, ਉਹਨਾਂ ਸਾਰਿਆਂ ਦੇ ਦਿਸ਼ਾ ਨਿਰਦੇਸ਼ਾਂ 'ਚ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਦਖਲ ਲੈ ਲਿਆ ਗਿਆ। ਅਤੇ ਹੋਰ ਵੀ ਜਿੰਨੀਆਂ ਵੀ ਪੰਚਾਇਤੀ ਜ਼ਮੀਨਾਂ ਨੇ ਪੂਰੇ ਪੰਜਾਬ ਦੇ ਵਿੱਚ, ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜਿੰਨੇ ਵੀ ਕਾਬਜ਼ ਕਰ ਰਹੇ, ਬੜਾ ਸਮਾਂ ਤੁਸੀਂ ਜ਼ਮੀਨਾਂ ਖਾ ਲਈਆਂ ਪੰਚਾਇਤ ਦੀਆਂ, ਸਰਕਾਰ ਦੀਆਂ, ਭਾਵੇਂ ਕਿਸੇ ਕੋਲ ਸਟੇਅ ਆ, ਜੋ ਵੀ ਆ, ਅਖੀਰ 'ਤੇ ਆ ਕੇ ਸੁਪਰੀਮ ਕੋਰਟ ਦੀ ਵੀ ਇਹ ਹਦਾਇਤ ਆ ਕਿ ਜਿਹੜੀ ਸਰਕਾਰੀ ਜ਼ਮੀਨ ਆ, ਪੰਚਾਇਤੀ ਆ ਜਾਂ ਕੋਈ ਸ਼ਾਮਲਾਵਟ ਜ਼ਮੀਨ ਵੀ ਆ, ਉਹ ਆ ਕੇ ਐਂਡ 'ਤੇ ਸਰਕਾਰ ਦੀ ਆ। ਇਹ ਨਹੀਂ ਕਿ ਆਪਣੇ ਕੋਲ ਕੋਈ ਸਟੇਅ ਆ ਜਾਂ ਕੋਈ ਆਪਾਂ ਕੇਸ ਝਗੜਦੇ ਹਾਂ ਅਤੇ ਉਹਦੇ ਆਪਾਂ ਮਾਲਕ ਬਣ ਗਏ ਹਾਂ। ਜਿਹੜੀ ਆਪਾਂ ਲੰਮਾ ਸਮਾਂ ਖਾ ਲਈ ਆ ਉਹ ਜ਼ਮੀਨ, ਉਸ ਚੀਜ਼ ਨੂੰ ਆਪਾਂ ਛੱਡ ਕੇ ਅਤੇ ਗਾਂਹ ਜਿਹੜੀ ਸਰਕਾਰ ਦੀ ਜ਼ਮੀਨ ਸਰਕਾਰ ਨੂੰ ਦੇਈਏ। ਦੇਖੋ, ਲੰਮਾ ਸਮਾਂ ਇਹਨਾਂ ਸਰਕਾਰਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਅਤੇ ਆਪਣੇ ਚੇਤਿਆਂ ਨੂੰ ਇਹਨਾਂ ਜ਼ਮੀਨਾਂ ਵਾ ਛੱਡੀਆਂ, ਅਤੇ ਉਹਦੇ 'ਚ ਜਿਹੜੇ ਵਾਹੁਣ ਵਾਲੇ ਉਹ ਨਹੀਂ ਦੋਸ਼ੀ, ਦੋਸ਼ੀ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਸ਼ਹਿ ਦੇ ਕੇ ਪੈਲੀਆਂ ਵਾ ਛੱਡੀਆਂ।
ਤੇ ਮੈਂ ਉਹਨਾਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿੰਨਾ ਚਿਰ ਆਪਾਂ ਵਾਹਲੀ ਹੈ ਜ਼ਮੀਨ, ਸਰਕਾਰ ਨੂੰ ਚੂਨਾ ਬੜਾ ਲੰਮਾ ਸਮਾਂ ਚੂਨਾ ਲੱਗਾ, ਪਰ ਹੁਣ ਗਾ ਅੱਗੇ ਨਹੀਂ ਚੱਲਣ ਦੇਣਾ। ਸਾਡੇ ਮਾਣਯੋਗ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ, ਪੰਚਾਇਤ ਮੰਤਰੀ ਨੇ, ਉਹਨਾਂ ਵੀ ਜਦੋਂ ਦੇ ਤੁਰੇ ਆ, ਜਦੋਂ ਦੇ ਜ਼ਮੀਨਾਂ ਦੇ ਦਖਲ ਲਏ ਜਾ ਰਹੇ ਆ, ਬੜੀਆਂ ਕੀਮਤੀ ਕੀਮਤੀ ਜਿਨ੍ਹਾਂ ਦੀ ਇੱਕ ਇੱਕ ਏਕੜ ਦੀ ਕਰੋੜਾਂ ਰੁਪਏ ਕੀਮਤ ਆ, ਉਹਨਾਂ ਦੇ ਦਖਲ ਲਏ ਜਾ ਰਹੇ ਆ। ਅਤੇ ਅੱਜ ਜਿਹੜੀ ਇਹ ਹਰੀਕੇ ਦੇ ਵਿੱਚ ਵੀ 100 ਏਕੜ ਦੇ ਕਰੀਬ ਜ਼ਮੀਨ ਦਾ ਦਖਲ ਲਿਆ ਗਿਆ, ਪੰਚਾਇਤ ਮੰਤਰੀ ਦੇ ਦਿਸ਼ਾ ਨਿਰਦੇਸ਼ 'ਚ, ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ, ਦਿਸ਼ਾ ਨਿਰਦੇਸ਼ 'ਚ ਬੜੀ ਕੀਮਤੀ ਬਹੁਤ ਹੀ ਟਿਕਾਣੇ ਦੀ ਜ਼ਮੀਨ ਆ। ਅਤੇ ਜਿੱਥੇ ਹੋਰ ਵੀ ਸਾਡੀ ਜ਼ਮੀਨ ਲੋਕਾਂ ਦੇ ਥੱਲੇ ਵਗਦੀ, ਉਹਦਾ ਸਾਰੀ ਦਾ ਦਖਲ ਲਿਆ ਜਾਊਗਾ। ਇਹਦੀ ਆਮਦਨ ਪੰਜਾਬ ਸਰਕਾਰ ਨੂੰ ਜਾਊਗੀ, ਜਿਹੜਾ ਸਾਡੇ ਪੰਜਾਬ ਸਿਰੇ ਨਾਲ 3 ਲੱਖ ਕਰੋੜ ਰੁਪਇਆ ਕਰਜ਼ਾ ਚੜਾਇਆ ਇਹਨਾਂ ਰਵਾਇਤੀ ਪਾਰਟੀਆਂ ਨੇ, ਜਿਹੜੇ ਇਹਨਾਂ ਦੇ ਘਰਾਂ 'ਚ ਚੱਲ ਗਿਆ MLA ਮੰਤਰੀਆਂ ਦੇ, ਉਹ ਪੈਸਾ ਜਿਹੜਾ ਅਸੀਂ ਆ ਜਿਹੜੀਆਂ ਜ਼ਮੀਨਾਂ ਸਾਡੀਆਂ ਪੰਚਾਇਤੀ ਇਹਨਾਂ ਤੋਂ, ਅਤੇ ਪੰਜਾਬ ਦੀ ਆਮਦਨ ਵਧਾ ਕੇ ਉਹ ਕਰਜ਼ਾ ਵੀ ਇਹਨਾਂ 5 ਸਾਲਾਂ ਦੇ ਵਿੱਚ ਸਾਰਾ ਲਾਵਾਂਗੇ। ਕੋਈ ਸਿਆਸੀ ਦਬਾਅ ਤਾਂ ਨਹੀਂ ਪਾਇਆ ਜਾਊਗਾ ਜਿੱਤਰ ਮਾਲ ਕੋਲ? ਸਿਆਸੀ ਦਬਾਅ 'ਚ ਆ ਜਾਂਦੇ ਵੀ ਸਾਡੀ ਛੱਡੋ ਜੀ, ਕਰੋ ਜੀ? ਵੇਖੋ ਜੀ, ਜਿਹੜੀਆਂ ਉਹ ਸਿਆਸੀ ਪਾਰਟੀਆਂ ਉਹਨਾਂ 'ਚ ਸਿਆਸੀ ਦਬਾਅ ਚੱਲਦੇ ਰਹੇ ਆ, ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਆ, ਅਤੇ ਜੋ ਆਮ ਲੋਕ ਫੈਸਲਾ ਕਰਨਗੇ, ਆਮ ਲੋਕ ਫਤਵਾ ਦੇਣਗੇ। ਅਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਆਮ ਲੋਕਾਂ ਨੂੰ, ਭੈਣਾਂ ਭਰਾਵਾਂ ਨੂੰ, ਕੁਝ ਦਿਨ ਪਹਿਲਾਂ ਇੱਕ ਪੱਟੀ ਨਗਰ ਕੌਂਸਲ ਦੀ ਦੁਕਾਨ ਚੁੰਗੀ ਸੀ ਜਿੱਥੇ ਕਬਜ਼ਾ ਕਰਨ ਚਲ ਗਏ, ਤਾਂ ਉਹਦੇ 'ਚ ਕੁਝ ਬੰਦੇ ਸ਼ਹਿ ਦੇ ਰਹੇ ਸਨ ਕਿ ਨਜਾਇਜ਼ ਪਰਚਾ ਆ। ਜਿੰਨੀਆਂ ਵੀ ਸਰਕਾਰੀ ਪ੍ਰਾਪਰਟੀਆਂ ਨੇ ਉਹ ਸਾਰੀਆਂ ਹੀ ਛਡਾਈਆਂ ਜਾਣਗੀਆਂ, ਭਾਵੇਂ ਉਹ ਨਗਰ ਕੌਂਸਲ ਦੀਆਂ ਹੋਣ, ਭਾਵੇਂ ਸ਼ਾਮਲਾਟ ਜ਼ਮੀਨ ਹੋਵੇ, ਭਾਵੇਂ ਪੰਚਾਇਤੀ ਜ਼ਮੀਨ, ਜਿਹੜੀ ਸਰਕਾਰ ਦੀ ਜਾਇਦਾਦ ਉਹ ਸਰਕਾਰ ਕੋਲ ਜਾਵੇਗੀ। ਸਰਕਾਰ ਦੀ ਆਮਦਨ ਜਿਹੜੀ ਉਹ ਕਿਸੇ ਦੇ ਘਰ 'ਚ ਜਾਂ ਕਿਸੇ ਦੀ ਜੇਬ 'ਚ ਨਹੀਂ ਜਾਣ ਦਿੱਤੀ ਜਾਵੇਗੀ, ਉਹ ਸਰਕਾਰ ਦੇ ਘਰ 'ਚ ਜਾਵੇਗੀ, ਆਮ ਲੋਕਾਂ ਦੇ ਖਰਚੀ ਜਾਵੇਗੀ ਉਹ ਜਾਇਦਾਦ। ਜਿਹੜੇ ਕਬਜ਼ਾ ਸਹਿਮਤੀ ਨਾਲ ਛੱਡ ਰਹੇ ਆ ਜੀ, ਉਹਨਾਂ ਵੱਲੋਂ ਸਰਕਾਰ ਨੂੰ ਕੋਈ ਰਾਇਤ ਦਿੱਤੀ ਜਾਊਗੀ ਜਾਂ ਕੁਛ ਤਾਂ? ਵੇਖੋ, ਜਿਨ੍ਹਾਂ ਨੇ ਆਪਦੀ ਸਹਿਮਤੀ ਨਾਲ ਛੱਡੀ ਆ, ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕਰਾਂਗੇ। ਵੇਖੋ ਕਿੰਨਾ ਲੰਮਾ ਸਮਾਂ ਇਹਨਾਂ ਨੇ ਖਾਧੀ, ਤੇ ਜ਼ਿਆਦਾ ਤੇ ਸਰਕਾਰ ਦੀ, ਲੋਕਾਂ ਦੀ ਖਾਧੀ ਆ ਨਾ, ਆਮ ਲੋਕਾਂ ਦੀ ਜ਼ਿਆਦਾ ਤੇ ਆਏ। ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਆ, ਵੇਖੋ ਜਿਵੇਂ ਹਰੀਕੇ ਦੀ ਪੰਚਾਇਤੀ ਜ਼ਮੀਨ ਆ, ਇਹ ਸਾਰੇ ਹਰੀਕੇ ਦੀ ਜਿੰਨੀ ਨਗਰ ਪੰਚਾਇਤ ਆ ਜਾਂ ਲੋਕ ਨੇ, ਉਹਨਾਂ ਸਾਰਿਆਂ ਦੀ ਆ। ਭਾਵੇਂ ਇੱਕ ਬਛਿੰਦਾ ਵੀ ਆ, ਕਿਸੇ ਦਾ ਇੱਥੇ ਘਰ ਵੀ ਨਹੀਂ ਹੈਗਾ, ਉਹ ਵੀ ਇਹਦੇ ਵਿੱਚ ਭਾਈਵਾਲ ਆ, ਕਿਉਂਕਿ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਲੋਕਾਂ ਦੇ ਭਲੇ ਲਈ, ਭਲਾਈ ਦੇ ਕਾਰਜਾਂ ਲਈ ਵਰਤਣ ਵਾਸਤੇ ਹੁੰਦੇ ਆ ਉਹ ਪੈਸੇ। ਅਤੇ ਜੇ ਉਹਨਾਂ ਨੇ ਛੱਡੀ ਆ, ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਸਹਿਮਤੀ ਨਾਲ ਛੱਡੀ ਆ। ਕੁਛ ਪਰਿਵਾਰਾਂ ਦੀ ਵਿੱਚ ਰਿਹਾਇਸ਼ ਆ, ਉਹਨਾਂ ਲਈ ਸਰਕਾਰ ਫਿਰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀ ਰਿਹਾਇਸ਼ ਵੀ ਖਤਮ ਕੀਤੀ ਜਾ ਰਹੀ ਜਾਂ ਕਿਸ ਤਰ੍ਹਾਂ ਕੁਛ? ਦੇਖੋ, ਇਹ ਸਰਕਾਰ ਦੇ ਵਿਚਾਰ 'ਚ ਲਿਆ ਦਿੱਤਾ ਜਾਵੇਗਾ ਕਿ ਜਿਨ੍ਹਾਂ ਦੀ ਰਿਹਾਇਸ਼ ਹੈ ਵਿੱਚ, ਜੋ ਵੀ ਫੈਸਲਾ ਸਰਕਾਰ ਦਾ ਹੋਵੇਗਾ ਉਹ ਮੰਨਣਾ ਪਵੇਗਾ, ਕਿਉਂਕਿ ਜਿਹੜੀ ਇਹ ਜ਼ਮੀਨ ਹੈ, ਹੈਗੀ ਤਾਂ ਆਖਿਰਕਾਰ ਐਂਡ 'ਤੇ ਆ ਕੇ ਸਰਕਾਰ ਦੀ ਜ਼ਮੀਨ ਆ। ਇਹ ਕੋਈ ਆਪਾਂ ਬੈ 'ਤੇ ਲਈ ਹੋਈ ਜ਼ਮੀਨ ਹੈ ਨਹੀਂ ਵੀ ਆਪਾਂ ਪੈਸੇ ਦੇ ਕੇ ਬੈ ਲਈ ਆ, ਸਰਕਾਰੀ ਜ਼ਮੀਨ ਆ, ਸਰਕਾਰ ਨੇ ਅੱਜ ਵਾਹਲੀ ਆ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।